ਅਸਲਾਮ ਵਾਲੇਕੁਮ ਰਹਿਮਤੁਲਾਹਿ ਵਬਰਕਾਤਹੁ। ਕੀ ਹਾਲ ਚਾਲ ਹੈ ਸਾਰਿਆਂ ਦਾ? ਉਮੀਦ ਕਰਨਾ ਤੁਸੀਂ ਸਾਰੇ ਹੈਰੀਤ ਨਾਲ ਹੋਵੋਗੇ। ਅਤੇ ਯਾਰ, ਸਭ ਤੋਂ ਪਹਿਲੇ ਅੱਜ ਸੁਬਹਾ ਸੁਬਹਾ ਦਾ ਮੌਸਮ ਚੈੱਕ ਕਰੋ। ਉਹ ਸਾਹਮਣੇ ਜਿਹੜਾ ਨਾ ਸੂਰਜ ਹੀ ਤਲੂੰਦਾ ਪਿਆ, ਸੂਰਜ ਵੀ ਨਹੀਂ ਤਲੂ ਹੋਇਆ। ਬਾਕੀ ਸੁਬਹਾ ਸੁਬਹਾ ਜਿਹੜਾ ਨਾ ਚੰਗੀ ਭਲੀ ਹੱਬਸਾਲੀ ਗਰਮੀ ਜਿਹੜਾ ਨਾ ਉਹ ਅੱਜ ਫਿਰ ਸਟਾਰਟ ਹੋ ਗਈ ਜੀ। ਬਾਕੀ ਆਸਮਾਨ 'ਤੇ ਬੱਦਲ ਤਾਂ ਹੋਇਆ ਹੀ ਹੈ ਥੋੜ੍ਹਾ ਬਹੁਤਾ, ਬਹਰਹਾਲ ਬੱਦਲ ਲੱਥਦਾ ਨਹੀਂ ਪਿਆ। ਬੱਦਲ ਜਿਹੜਾ ਨਾ ਆਉਂਦਾ ਝਾਕੀ ਦਵਾਉਂਦਾ ਅਤੇ ਟੁਰ ਜਾਂਦਾ। ਐਂਜੀ ਜਿਹੜਾ ਨਾ ਦੋ ਤਿੰਨ ਦਿਨ ਹੋਏ ਨੇ ਬਾਰਿਸ਼ ਨੂੰ ਸਾਡੇ ਨਾਲ ਪ੍ਰੈਂਕ ਕਰਦੇ ਹਾਂ। ਹੈ ਰਹਿ ਤਾਂ ਹੁਣ ਜਿਹੜਾ ਨਾ ਰੋਜ਼ ਦਾ ਹੀ ਕੰਮ ਹੋ ਗਿਆ, ਬੱਦਲ ਦਾ ਵੀ ਅਤੇ ਗਰਮੀ ਦਾ ਵੀ। ਬਾਕੀ ਚੱਲਦੇ ਹਾਂ ਅੱਜ ਦੀ ਵੀਡੀਓ ਦੀ ਤਰਫ਼। ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜਿਹੜਾ ਨਾ ਸਾਡੇ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਬੈੱਲ ਆਈਕੋਨ ਨੂੰ ਆਨ ਕਰ ਦਿਓ, ਠੀਕ ਹੈ? ਅਤੇ ਜਿਹੜਾ ਅੱਜ ਵਾਲਾ ਵਲੌਗ ਨਾ ਸਾਡਾ ਹੋਣ ਲੱਗਾ ਮਾਲ ਆਫ ਸਿਆਲਕੋਟ ਦਾ, ਠੀਕ ਹੈ? ਮਾਲ ਆਫ ਸਿਆਲਕੋਟ ਦੇ ਜਿਹੜੇ ਹਾਲਾਤ ਨੇ ਨਾ ਤੁਹਾਨੂੰ ਉਹ ਵਿਖਾਉਣ ਲੱਗਾ ਵਾ, ਠੀਕ ਹੈ? ਅਤੇ ਇਸ ਤੋਂ ਇਲਾਵਾ ਮਾਲ ਆਫ ਸਿਆਲਕੋਟ ਦੇ ਵਿੱਚ ਕਿਹੜਾ ਕਿਹੜਾ ਬ੍ਰਾਂਡ ਹੈ ਅਤੇ ਯਾਨੀ ਕਿੱਡਾ ਕੁ ਵੱਡਾ ਸਾਡੇ ਸਿਆਲਕੋਟ ਦਾ ਮਾਲ ਆਫ ਸਿਆਲਕੋਟ, ਉਹ ਸਾਰਾ ਕੁਝ ਜਿਹੜਾ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਵੇਖਣ ਨੂੰ ਲੱਭੇਗਾ। ਅਤੇ ਵੀਡੀਓ ਨੂੰ ਪੂਰਾ ਵਾਚ ਕਰਨਾ ਸਾਰਿਆਂ ਨੇ, ਠੀਕ ਹੈ? ਤਾਂ ਕਿ ਜਿਹੜੇ ਥੋੜ੍ਹੇ ਬਹੁਤ ਘੰਟੇ ਰਹਿ ਗਏ ਨਾ ਵਾਚ ਟਾਈਮ ਦੇ ਉਹ ਕੰਪਲੀਟ ਹੋਣ 'ਤੇ, ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰਨਾ ਤਾਂ ਕਿ ਜਿਹੜਾ 1000 ਸਬਸਕ੍ਰਾਈਬਰ 'ਚ ਥੋੜ੍ਹੇ ਜਿਹੇ ਘੱਟ ਰਹਿ ਗਏ ਨਾ ਉਹ ਵੀ ਫਟੋਫਟ ਜਿਹੜਾ ਨਾ ਕੰਪਲੀਟ ਹੋਣ। ਮੈਂ ਘੰਟਾ ਘਰ ਅਤੇ ਮਾਲ ਆਫ ਸਿਆਲਕੋਟ ਦੇ ਬਿਲਕੁਲ ਸਾਹਮਣੇ ਖਲੋਤਾ ਵਾਂ। ਇੱਥੇ ਯਾਰ ਹੈ ਵੇ ਮਾਲ ਆਫ ਸਿਆਲਕੋਟ ਦੀ ਪਾਰਕਿੰਗ ਤੇ ਹੁਣੀ, ਇੱਥੇ ਇੰਨਾ ਰਸ਼ ਹੋਈ ਜਾਣਾ ਕਿ ਮੋਟਰਸਾਈਕਲ ਖਲਾਰਨ ਦੀ ਜਗ੍ਹਾ ਨਹੀਂ ਲੱਭਣੀ। ਮਾਲ ਆਫ ਸਿਆਲਕੋਟ ਅਤੇ ਮਾਲ ਆਫ ਸਿਆਲਕੋਟ ਦੇ ਵਿੱਚ ਜਿਹੜਾ ਨਾ ਇਹ ਵਾਲੀਆਂ ਚੀਜ਼ਾਂ ਨੇ, ਬਾਕੀ ਇਹ ਵਾਲੀਆਂ ਪੌੜੀਆਂ ਉਹਨਾਂ ਨੇ ਬੰਦ ਕੀਤੀਆਂ ਨੇ ਕਿਉਂਕਿ ਮਾਲ ਦੇ ਵਿੱਚ ਛੁੱਟੀਆਂ ਚੱਲ ਰਹੀਆਂ ਨੇ। ਬਾਕੀ ਮਾਲ ਆਫ ਸਿਆਲਕੋਟ ਦੇ ਪਹਿਲੇ ਪੋਰਸ਼ਨ ਦੇ ਅੰਦਰ ਜਿਹੜਾ ਨਾ ਜਿੰਨੇ ਵੀ ਬ੍ਰਾਂਡ ਨੇ ਇਸ ਟਾਈਮ ਸਾਰੇ ਬੰਦ ਨੇ ਕਿਉਂਕਿ ਛੁੱਟੀਆਂ ਚੱਲਦੀਆਂ ਨੇ ਪਈਆਂ। ਸਾਰਾ ਮਾਲ ਜਿਹੜਾ ਨਾ ਥੱਲੋਂ ਇਸ ਟਾਈਮ ਬੰਦ ਪਿਆ ਹੈ, ਸ਼ਾਂਤੀ ਹੈ ਇਸ ਟਾਈਮ ਫੁੱਲ। ਥੱਲੇ ਉੱਤੇ ਰਸ਼ ਹੋਏਗਾ, ਥੱਲੇ ਤਾਂ ਇਸ ਟਾਈਮ ਫੁੱਲ ਸ਼ਾਂਤੀ। 50% ਡਿਸਕਾਊਂਟ ਬਰਾਲ ਦੁਕਾਨਾਂ ਜਿਹੜੀਆਂ ਨੇ ਨਾ ਉਹ ਸਾੜੀਆਂ ਬੰਦ ਨੇ, ਬ੍ਰਾਂਡ ਸਾੜੇ ਬੰਦ ਨੇ। ਅਤੇ ਲਿਫਟ ਲਿਫਟ ਮੇਰੇ ਖਿਆਲ ਉੱਤੇ ਗਈ, ਥੱਲੇ ਆਉਂਦੀ ਅਤੇ ਲਿਫਟ 'ਚ ਹੀ ਉੱਤੇ ਜਾਣ ਹੋਣਾ। ਫੋਰ ਥ੍ਰੀ ਟੂ ਵਨ ਜ਼ੀਰੋ। ਤਾਂ ਜੀ ਉੱਤੋਂ ਖੁੱਲ੍ਹਾ ਕਿ ਉੱਤੋਂ ਵੀ ਬੰਦ ਹੈ? ਬੰਦ ਸਿਨੀਪੈਕਸ ਵਗੈਰਾ ਯੇ ਵੋ ਹਰ ਚੀਜ਼।
ਸਾਈਡ ਦੇ ਨੇ ਟੋਇਲੈਟ ਯਾਰ ਪੂਰੇ ਮਾਲ ਦੇ ਅੰਦਰ ਜਿਹੜੀਆਂ ਸੀਰੀਆਂ ਨੇ ਨਾ ਸਾਰੀਆਂ ਬੰਦ ਨੇ, ਸਿਰਫ ਲਿਫਟ ਚੱਲਦੀ ਹੈ ਵੀ ਸੀਰੀਆਂ ਸਾਰੀਆਂ ਬੰਦ ਨੇ। ਬਾਕੀ ਇਸ ਟਾਈਮ ਜਿਹੜਾ ਨਾ ਮੈਂ ਚੌਥੇ ਜਾਂ ਪੰਜਵੇਂ ਫਲੋਰ 'ਤੇ ਹਾਂ। ਠੀਕ ਹੈ, ਅਤੇ ਇੱਥੇ ਜਿਹੜਾ ਨਾ ਖਾਣ ਪੀਣ ਵਾਲੀਆਂ ਚੀਜ਼ਾਂ ਨੇ, ਯਾਨੀ ਇੱਥੇ ਜਿੰਨੇ ਸਿਆਲਕੋਟ ਦੇ ਸਭ ਤੋਂ ਵੱਡੇ ਵੱਡੇ ਖਾਣ ਪੀਣ ਵਾਲੇ ਰੈਸਟੋਰੈਂਟ ਨੇ ਨਾ, ਉਹਨਾਂ ਦੀਆਂ ਬ੍ਰਾਂਚਾਂ ਨੇ, ਇੰਜ ਫਰੈਂਗੋਜ਼ ਇਹ ਬੰਦ ਹੈ। ਠੀਕ ਹੈ, ਅਤੇ ਉਸ ਸਾਈਡ 'ਤੇ ਜਿਹੜੀਆਂ ਦੋ ਚਾਰ ਬ੍ਰਾਂਚਾਂ ਖੁੱਲੀਆਂ ਨੇ, ਯਾਨੀ ਰਸ਼ ਜਿਹੜਾ ਨਾ ਤੂੰ ਬਿਲਕੁਲ ਖਤਮ ਹੋ ਗਿਆ। ਅਤੇ ਛੱਟੇ ਫਲੋਰ 'ਤੇ ਇਸ ਟਾਈਮ ਮੈਂ ਖਲੋਤਾ ਵਾਂ, ਅਤੇ ਟੋਟਲ ਜਿਹੜਾ ਨਾ ਇਹਦੇ 8 ਫਲੋਰ ਨੇ। ਠੀਕ ਹੈ, 7ਵਾਂ ਫਲੋਰ ਵੀ ਬੰਦ ਹੈ, ਅਤੇ ਥੱਲੇ ਜਿਹੜਾ ਨਾ 4 ਫਲੋਰ ਬੰਦ ਨੇ, ਪਹਿਲਾ ਫਲੋਰ ਥੋੜ੍ਹਾ ਬਹੁਤਾ ਖੁੱਲ੍ਹਾ ਸੀ, 4 ਫਲੋਰ ਬੰਦ ਹਨ, ਅਤੇ ਅੱਗੋਂ ਹੁਣ 6ਵਾਂ ਫਲੋਰ ਖੁੱਲ੍ਹਾ, 7ਵਾਂ ਬੰਦ ਹੈ, ਅਤੇ 8ਵੇਂ ਦੇ ਉੱਤੇ ਜਿਹੜਾ ਨਾ ਸਿਨੇਮਾ ਵਗੈਰਾ ਨੇ, ਉੱਥੇ ਸਹੀ ਰਸ਼ ਹੈ। ਯਾਰ ਤੁਹਾਨੂੰ ਮਾਲ ਆ ਸਿਆਲਕੋਟ ਦਾ ਜਿਹੜਾ ਨਾ ਵਿਊ ਚੈੱਕ ਕਰਵਾਵਾ, ਐਪ ਚੈੱਕ ਕਰੋ, ਮਾਲ ਆ ਸਿਆਲਕੋਟ ਦੇ ਉੱਤੇ ਖਲੋ ਕੇ ਜਿਹੜਾ ਨਾ ਸਿਆਲਕੋਟ ਦਾ ਵਿਊ ਚੈੱਕ ਕਰੋ, ਕੈਂਟ ਦਾ ਕਿੱਡੇ ਕਮਾਲ ਦਾ ਵਿਊ ਆ ਰਿਹਾ ਇੱਥੇ ਖਲੋ ਕੇ, ਕਿਉਂਕਿ ਇਸ ਟਾਈਮ ਮੈਂ ਛੱਤੇ ਫਲੋਰ 'ਤੇ ਖਲੋਤਾ ਵਾਂ, ਤਾਂ ਵਿਊ ਤਾਂ ਫਿਰ ਇੱਥੋਂ ਆਉਣਾ ਹੀ ਆਉਣਾ ਨਾ। ਉਹ ਸਾਹਮਣੇ ਘੰਟਾ ਘਰ, ਇਸ ਟਾਈਮ ਮੈਂ ਘੰਟਾ ਘਰ 'ਤੇ ਵੀ ਜਿਹੜਾ ਨਾ ਉੱਤੇ ਖਲੋਤਾ ਵਾਂ। ਮਾਲ ਆਫ ਸਿਆਲਕੋਟ ਦਾ ਸਿਰਫ ਇੱਕ ਇਹੀ ਵਿਊ ਹੈ ਜਿਹਨੂੰ ਵੇਖਣਾ ਸੀ, ਵਾਮ ਇੱਥੇ ਜ਼ਿਆਦਾਤਰ ਆਉਂਦੀ, ਬਾਕੀ ਹੁਣ ਜਿਹੜਾ ਨਾ ਮਾਲ ਦੇ ਅੱਧੇ ਤੋਂ ਬਹੁਤਾ ਖਤਮ ਹੋ ਗਿਆ ਹੈ। ਬਾਕੀ ਆ ਰਿਹਾ ਸਿਟਿੰਗ ਏਰੀਆ, ਠੀਕ ਹੈ, ਆਰਡਰ ਵਗੈਰਾ ਲਗਾ ਕੇ ਨਾ, ਅਤੇ ਸਾਰੀ ਵਾਮ ਇੱਥੇ ਆ ਕੇ ਬਹਿੰਦੀ ਹੈ, ਇੱਥੇ ਆ ਕੇ ਜਿਹੜਾ ਨਾ ਪੀਜ਼ਾ ਜਿੱਦਾਂ ਖਾਈਦਾ, ਅਤੇ ਨਾਲੇ ਰੈਸਟ ਰੁਸਟ ਕਰੀਦੀ। ਇੱਥੇ ਬਹਿ ਕੇ ਜਿਹੜਾ ਸਿਆਲਕੋਟ ਦਾ ਵਿਊ ਹੈ ਨਾ, ਉਹ ਬਹੁਤ ਲੈਵਲ ਦਾ ਹੁੰਦਾ ਜੇ, ਕਿਉਂਕਿ ਪੂਰਾ ਸਿਆਲਕੋਟ ਇੱਥੋਂ ਨਜ਼ਰ ਆਉਂਦਾ। ਅੱਗੇ ਜਿਹੜਾ ਨਾ ਹੁਣ ਉਹਨਾਂ ਨੇ ਕੱਪੜਾ ਲਗਾਇਆ, ਕਿਉਂਕਿ ਗਰਮੀ ਬੜੀ ਹੈ ਅਤੇ ਤਪਸ਼ ਬੜੀ ਆਉਂਦੀ ਸੂਰਜ ਦੇ ਅੰਦਰ। ਬਾਕੀ ਆ ਬੱਚਿਆਂ ਦੇ ਖੇਡਣ ਵਾਸਤੇ, ਅਤੇ ਝੂਲੇ ਵਗੈਰਾ ਲੈਣ ਵਾਸਤੇ ਨਾ ਛੋਟੀਆਂ ਛੋਟੀਆਂ ਗੱਡੀਆਂ ਵੀ ਇੱਥੇ ਹੈ ਨੇ। ਠੀਕ ਹੈ, ਇਹਨਾਂ ਦੀ ਟਿਕਟ ਦਿਓ ਅਤੇ ਆਰਾਮ ਦੇ ਅੰਦਰ ਨਾਲ 50 ਜਾਂ 100 ਰੁਪਏ ਉਹਨਾਂ ਦੀ ਟਿਕਟ ਹੈ, ਅਤੇ ਪੂਰਾ ਮਾਲ ਜਿਹੜਾ ਨਾ ਘੁੰਮਾਉਂਦੀਆਂ ਨੇ ਬੱਚਿਆਂ ਨੂੰ, ਬਸ ਵੱਡਿਆਂ ਨੂੰ ਨਹੀਂ। ਔਰ ਇਹ ਮਾਲ ਆਫ ਸਿਆਲਕੋਟ 'ਤੇ ਜਿਹੜਾ ਨਾ ਸਭ ਤੋਂ ਸਪੈਸ਼ਲ ਏਸੀ ਨੇ। ਠੀਕ ਹੈ, ਜਿਹਨੇ ਸਰਦੀਆਂ ਦੇ ਵਿੱਚ ਇੱਥੇ ਪਾਲਟੀ ਵਗੈਰਾ ਕਰਨੀ ਹੋਏ ਨਾ, ਉਹ ਇੱਥੇ ਆਈਏ, ਕਿਉਂਕਿ ਸਰਦੀਆਂ ਦੇ ਵਿੱਚ ਤਾਂ ਇੱਥੇ ਹੁੰਦੀ ਹੈ ਨਹੀਂ। ਠੀਕ ਹੈ, ਬਾਕੀ ਗਰਮੀਆਂ ਦੇ ਵਿੱਚ ਜਿਹੜੇ ਹਾਲਾਤ ਚੱਲਦੇ ਨਾ, ਏਸੀ ਵੀ ਇੱਥੇ ਕੰਮ ਨਹੀਂ ਕਰਦਾ, ਜਾਂ ਗਰਮੀਆਂ ਦੇ ਵਿੱਚ ਜਿਹੜਾ ਨਾ ਗਰਮੀ ਨਾਲ ਹਾਲਾਤ ਖੁੱਲ੍ਹਾ ਹੋਇਆ ਹੈ। ਸਰਦੀਆਂ ਗਰਮੀਆਂ ਦੇ ਵਿੱਚ ਇੱਥੇ ਏਸੀ ਨਹੀਂ ਵੀ ਕੰਮ ਕਰਦੇ ਇੰਨੇ, ਗਰਮੀਆਂ ਇੱਥੇ ਦੇਖਦਾ ਹੈ, ਸਰਦੀਆਂ ਦੇ ਵਿੱਚ ਜਿਹੜਾ ਨਾ ਮੌਸਮ ਨਾ ਪੈਂਦਾ ਜੀ। ਔਰ ਮਾਲ ਦੀਆਂ ਵੀ ਸੀਰੀਆਂ ਬੰਦ ਜੇ, ਪੂਰੇ ਮਾਲ ਦੀਆਂ ਜਿਹੜੀਆਂ ਨੇ ਸੀਰੀਆਂ ਬੰਦ ਹੈ। ਯਾਰ ਇਸ ਟਾਈਮ ਮੈਂ ਆ ਗਿਆ ਮੈਂ 8 ਫਲੋਰ ਸੀਨੀ ਬੈਸਟ। ਠੀਕ ਹੈ, ਅਤੇ ਈਦ ਵਾਲੇ ਦਿਨ ਜਿਹੜਾ ਨਾ ਇਹ ਸਾਰੀਆਂ ਮੂਵੀਆਂ ਜਿਹੜਾ ਇੱਥੇ ਲੱਗੀਆਂ ਨੇ। ਬਾਕੀ ਤੁਹਾਨੂੰ ਹੁਣ ਟਿਕਟ ਫਾਹਨੇ ਆ ਜਾ ਕੇ, ਕਿ ਟਿਕਟ ਜਿਹੜਾ ਨਾ ਇਹਨਾਂ ਦੀ ਕਿੰਨੀ ਕਿੰਨੀ, ਅਤੇ ਕਿਹੜੀ ਕਿਹੜੀ ਮੂਵੀ ਇਸ ਟਾਈਮ ਚੱਲਦੀ ਹੈ। ਯਾਰ ਸਿਨੀਪੈਕਸ 'ਤੇ ਮੈਂ ਆਇਆ ਹਾਂ, ਮੂਵੀ ਤਾਂ ਵੇਖਣੀ ਨਹੀਂ। ਠੀਕ ਹੈ, ਬਾਕੀ ਮੈਂ ਸੋਚਿਆ ਬੋਤਲ ਹੀ ਪੀ ਵੀ ਹੈ, ਕਿਉਂਕਿ ਪਿਆਸ ਬੜੀ ਲੱਗ ਰਹੀ ਸੀ। ਏ ਸੀ ਜਿਹੜਾ ਨਾ ਥੱਲੇ ਵਾਲੇ ਕੰਮ ਨਹੀਂ ਹੁੰਦਾ, ਤੁਹਾਡੇ ਉੱਤੇ ਜਿਹੜਾ ਨਾ ਮਾਹੌਲ ਵੈਸੇ ਸਹੀ ਹੈ। Thank you.
ਰਿਲੈਕਸ ਵੇਟਿੰਗ ਏਰੀਆ, ਠੀਕ ਹੈ। ਜਦੋਂ ਮੂਵੀ 'ਚ ਟਾਈਮ ਰਹਿੰਦਾ ਹੋਇਆ ਨਾ ਤਾਂ ਇੱਥੇ ਬਹਿ ਕੇ ਅਸੀਂ ਵੇਟ ਕਰ ਸਕਦੇ। ਬੜੇ ਲੈਵਲ ਲੈਵਲ ਏਰੀਆ ਬਣਿਆ ਅਜੇ। ਅਤੇ ਯਾਰ ਇਹ ਸਾਡੇ ਸਿਆਲਕੋਟ ਦਾ ਛੋਟਾ ਜਿਹਾ ਅਤੇ ਪਿਆਰਾ ਜਿਹਾ ਅਤੇ ਨੰਨਾ ਜਿਹਾ ਮਾਲ, ਠੀਕ ਹੈ। ਉਹ ਵੀ ਜਿਹੜਾ ਨਾ ਅੱਧੇ ਤੋਂ ਜ਼ਿਆਦਾ ਅੱਧਾ ਨਹੀਂ ਹੈ ਸਾਰਾ ਬੰਦ ਹੀ, ਠੀਕ ਹੈ। ਸਿਰਫ ਇੱਕ ਦੋ ਫਲੋਰ ਖੁੱਲ੍ਹੇ ਹਨ, ਇੱਕ ਫਲੋਰ ਜਿਹਦੇ ਵਿੱਚ ਜਿਹੜਾ ਨਾ ਜਾਣੀ ਪੇਟ ਪੂਜਾ ਹੁੰਦੀ ਸੀ ਰੋਟੀ ਦੀ, ਪੀਜ਼ਾ ਵਗੈਰਾ ਖਾਣ ਵਾਲਾ, ਠੀਕ ਹੈ। ਅਤੇ ਦੂਸਰਾ ਸਿਨੀ ਪੈਕ ਖੁੱਲ੍ਹਾ ਹੈ, ਬਾਕੀ ਸਾਰਾ ਮਾਲ ਜਿਹੜਾ ਨਾ ਬੰਦ ਹੈ ਅਤੇ ਜਾਂ ਵਿਹਲਾ ਹੋ ਗਿਆ। ਬਾਕੀ ਜਦੋਂ ਮੈਂ ਅੰਦਰ ਆਇਆ ਹਾਂ ਉਦੋਂ ਬਾਹਰ ਹਵਾ ਨਹੀਂ ਵੀ ਚੱਲਦੀ, ਧੋਣ ਲੱਗਦਾ ਜਦੋਂ ਬਾਹਰ ਹਵਾ ਬੜਾ ਤੇਜ਼ ਹੈ, ਹਵਾ ਲੱਗ ਗਈ ਮੈਂ ਤਾਂ ਸਾਹਮਣੇ ਗੇਟ ਦੇ ਕੋਲ ਮੈਂ ਆ ਗਿਆ। ਬਾਹਰ ਜਾ ਕੇ ਹੁਣ ਮੇਰੇ ਕੀ ਸੀਨ ਹੈ ਬਾਹਰ ਯਾਰ ਇਸ ਟਾਈਮ ਬਾਹਰ ਤਾਂ ਜਿਹੜਾ ਨਾ ਸਹੀ ਠੰਡੀ ਠੰਡੀ ਹਵਾ ਚੱਲਦੀ ਹੈ, ਠੰਡੀ ਠੰਡੀ ਨਹੀਂ ਗਰਮ ਗਰਮ ਅਤੇ ਤੇਜ਼ ਤੇਜ਼ ਹਵਾ ਚੱਲਦੀ ਹੈ। ਬਾਕੀ ਹੋ ਸਕਦਾ ਬਾਰਿਸ਼ ਆ ਜਾਵੇ, ਪਰ ਆਸਮਾਨ ਜਿਹੜਾ ਨਾ ਬਿਲਕੁਲ ਸਾਫ਼ ਸੁਥਰਾ, ਬਟ ਠੰਡੀ ਠੰਡੀ ਗਰਮ ਗਰਮ ਹਵਾ ਚੱਲਦੀ ਹੈ, ਵੀ ਉਹਨੂੰ ਮੌਸਮ ਜਿਹੜਾ ਨਾ ਸਹੀ ਹੋ ਗਿਆ। ਆਲਾ ਸਿਆਲਕੋਟ ਤੋਂ ਬਾਹਰ ਜਾਣ ਦਾ ਰਸਤਾ।